ਤੇ ਬਖਸ਼ਿਸ਼ ਕਰਨ ਵਾਲੇ ਹੋ ਤੂੰ ਹੋ ਗੁਰਪੂਰਨ ਬਲ ਭਾਰੇ ਸਤਗੁਰੂ ਪਾਤਸ਼ਾਹ ਆਪ ਜੀ ਉਹ ਪੂਰੇ ਗੁਰੂ ਔਰ ਬਲ ਵਾਲੇ ਜੋ ਤੁਸੀਂ ਚਾਹੋ ਕਰ ਸਕਦੇ ਜੋ ਚਾਹੋ ਕਰਵਾ ਸਕਦੇ ਸਤਗੁਰੂ ਚੇਲਾ ਵੀ ਮੈਂ ਆਪਣੇ ਆ ਚੇਲਿਆਂ ਦਾ ਗੁਰੂ ਵੀ ਮੈਂ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਹੁਣ ਤੁਸੀਂ ਜਿਵੇਂ ਮੇਰੇ ਤੋਂ ਕਰਾਉਣਾ ਨਾ ਕਿਰਪਾ ਕਰਕੇ ਆਪੇ ਕਰਵਾ ਲੈਣਾ ਕਰੋ ਬੜੇ ਭਾਗ ਕੇ ਪ੍ਰਾਪਤ ਹੋਵਾ ਸਤਗੁਰੂ ਪਾਤਸ਼ਾਹ ਜੀ ਮੇਰੇ ਬੜੇ ਵੱਡੇ ਭਾਗ ਨੇ ਜੋ ਮੈਨੂੰ ਆਪ ਜੀ ਪ੍ਰਾਪਤ ਹੋਇਆ ਤੁਹਾਡਾ ਦਰਸ਼ਨ ਮੈਨੂੰ ਮਿਲਿਆ ਨਾ ਸਤਿਗੁਰੂ ਇਹ ਮੇਰੇ ਬੜੇ ਵੱਡੇ ਭਾਗ ਹਨ ਸੰਕਟ ਜਨਮ ਮਰਨ ਕੋ ਖੋਵਾ ਸਤਿਗੁਰੂ ਤੁਹਾਡੇ ਦਰਸ਼ਨ ਹੀ ਇਹੋ ਜੈ ਨੇ ਜਿਹੜਾ ਕਰ ਲੈਂਦਾ ਉਹਦੇ ਜੰਮਨ ਤੇ ਮਰਨ ਦੇ ਦੁੱਖ ਨਾਸ਼ ਹੋ ਜਾਂਦੇ ਉਹਦੇ ਦੁੱਖ ਰਹਿ ਨਹੀਂ ਜਾਂਦੇ ਹਨ ਕਿਹਦੇ ਦੁੱਖ ਨਹੀਂ ਰਹਿੰਦੇ ਜਿਹੜਾ ਗੁਰੂ ਦੇ ਸ਼ਰਧਾ ਨਾਲ ਦਰਸ਼ਨ ਕਰਦਾ ਪਰ ਉਹਨੂੰ ਜਨਮ ਪੈ ਜਾਂਦੇ ਨੇ ਜਿਹੜਾ ਗੁਰੂ ਦੀ ਨਿਰਾਦਰੀ ਕਰਦਾ ਸ਼ਰਦਾ ਨਾਲ ਦਰਸ਼ਨ ਕੀਤੇ ਜੰਮਣ ਮਰਨ ਕਟੇਗੇ ਬਾਹਰ ਹਮ ਕਾਹੇ ਆਵेंगे ਆਵਨ ਜਾਣਾ ਹੁਕਮ ਇਸੇ ਕਾ ਹੁਕਮ ਬੁਝ ਸਮਾਵਹਿ ਜਿਨ੍ਹਾਂ ਨੇ ਹੁਕਮ ਬੁਝ ਲਿਆ ਉਹ ਦੁਬਾਰਾ ਜਨਮਾਂ ਵਿੱਚ ਨਹੀਂ ਆਏ ਜਿਨ੍ਹਾਂ ਨੇ ਗੁਰੂ ਨੂੰ ਗੁਰੂ ਜਾਣਿਆ ਜਿਨ੍ਹਾਂ ਨੇ ਗੁਰੂ ਦਾ ਸਤਕਾਰ ਕੀਤਾ ਤੇ ਗੁਰਮਖੋ ਦੁਨੀਆ ਵਿੱਚ ਕੁਝ ਉਹ ਵੀ ਲੋਕ ਨੇ ਜਿਨ੍ਹਾਂ ਨੇ ਨਾ ਗੁਰੂ ਦਾ ਸਤਕਾਰ ਕੀਤਾ ਸਗੋਂ ਗੁਰੂ ਦਾ ਨਰਾਦਰ ਕੀਤਾ ਹੈ ਨਰਾਦਰ ਕਰਨ ਵਾਲਿਆਂ ਨੂੰ ਲੋਕ ਪ੍ਰਲੋਕ ਵਿੱਚ ਦੁੱਖ ਹੀ ਮਿਲਦਾ ਸੋ ਕੋਈ ਨਹੀਂ ਮਿਲਦਾ ਬਾਬਾ ਧਾਤੂ ਜੀ ਨਾ ਖਡੂਰ ਸਾਹਿਬ ਦੀ ਧਰਤੀ ਤੇ ਰਹਿੰਦੇ ਤੇ ਨਾਲ ਦੀ ਸੰਗਤ ਨਾਲ ਦੇ ਸਾਥੀ ਕੁਝ ਇਹੋ ਜਿਹੇ ਨੇ ਉਹਨਾਂ ਨੇ ਬੜੀ ਚੁਕਣਾ ਦੇ ਕੇ ਨਾ ਬਾਬਾ ਧਾਤੂ ਜੀਆਂ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਖਿਲਾਫ ਕਰ ਦਿੱਤਾ ਉਲਟ ਕਰ ਦਿੱਤਾ ਚੁਕਣਾ ਇਹ ਦਿੱਤੀ ਹੈ ਵੀ ਗੁਰਤਾ ਗੱਦੀ ਤੇ ਬਾਬਾ ਦਾਤੂ ਜੀ ਤੁਹਾਨੂੰ ਬੈਠਣਾ ਚਾਹੀਦਾ ਗੁਰੂ ਅਮਰਦਾਸ ਕਿਉਂ ਬੈਠ ਗਿਆ ਇਹਨਾਂ ਨੂੰ ਕੱਢ ਦਿਓ ਇੱਥੋਂ ਤੇ ਆਪ ਗੁਰੂ ਬਣ ਕੇ ਬੈਠੋ ਜਦੋਂ ਸੰਗੀ ਸਾਥੀਆਂ ਨੇ ਸਲਾਹ ਦਿੱਤੀ ਤੇ ਬਾਬਾ ਦਾਤੂ ਜੀ ਉਹਨਾਂ ਦੇ ਆਖੇ ਲਾ ਕੇ ਗੁਇੰਦਵਾਲ ਵਿੱਚ ਮਹਾਰਾਜ ਗੁਰੂ ਅਮਰਦਾਸ ਬੈਠੇ ਸਨ ਸਤਗੁਰਾਂ ਨੂੰ ਬੈਠਿਆਂ ਜਾ ਕੇ ਲੱਤ ਮਾਰੀ ਤੇ ਮਹਾਰਾਜ ਡਿੱਗ ਪਏ ਜਿੱਥੇ ਬੈਠੇ ਸਨ ਸਤਗੁਰਾਂ ਨੇ ਬਾਬਾ ਦਾਤੂ ਜੀ ਆਂ ਦੇ ਚਰਨ ਫੜ ਕੇ ਤੇ ਘੁੱਟਾਂ ਲੱਗ ਪਏ। ਕਿ ਬਾਬਾ ਦਾਤੂ ਜੀ ਨੇ ਆਖਿਆ ਜੇ ਭਲਾ ਚਾਹੁੰਦੇ ਹੋ ਤੇ ਗੋਇੰਦਵਾਲ ਛੱਡ ਕੇ ਚਲੇ ਜਾਓ। ਉਸੇ ਵੇਲੇ ਮਹਾਰਾਜ ਗੋਇੰਦਵਾਲ ਛੱਡ ਕੇ ਚਲੇ ਗਏ। ਇੱਕ ਸੰਗਤਾਂ ਨੇ ਬਾਬਾ ਦਾਤੂ ਜੀ ਨੂੰ ਨਹੀਂ ਮੰਨਿਆ। ਕੁਝ ਸਮਾ ਗੋਇੰਦਵਾਲ ਦੇ ਵਿੱਚ ਰਿਹਾ ਬੜਾ ਜ਼ੋਰ ਲਾਇਆ ਕਿ ਮੈਨੂੰ ਲੋਕੀ ਗੁਰੂ ਸਮਝ ਕੇ ਪੂਜਣ ਪਰ ਨਹੀਂ ਪੂਜਾ ਨਹੀਂ ਹੋਈ। ਸੰਗਤਾਂ ਨੇ ਧੰਗ ਗੁਰੂ ਅਮਰਦਾਸ ਪਾਤਸ਼ਾਹ ਨੂੰ ਪ੍ਰਗਟ ਕਰ ਲਿਆ। ਬਾਖੀ ਬੜੀ ਲੰਮੀ ਹੈ। ਲੋਕਾਂ ਦੇ ਆਖੇ ਲਾ ਕੇ ਬਾਬਾ ਦਾਤੂ ਜੀ ਆਨੇ ਲੱਤ ਤੇ ਮਾਰੀ ਗੁਰੂ ਅਮਰਦਾਸ ਜੀਆਂ। ਪਰ ਜਿਸ ਦਿਨ ਲੱਤ ਮਾਰੀ ਨਾ ਗੁਰਮਖੋ ਉਸ ਤੋਂ ਬਾਅਦ ਬਾਬਾ ਦਾਤੂ ਜੀ ਇੱਕ ਵੀ ਰਾਤ ਸੌ ਨਹੀਂ ਸਕੇ ਆਪਣੇ ਮੰਜੇ ਦੇ ਉੱਪਰ। ਸਾਰੀ ਸਾਰੀ ਰਾਤ ਉਹ ਲੱਤ ਪੀੜ ਕਰਦੀ ਰਿਹਾ ਕਰੇ। ਬڑے-ਬڑے ਵੈਦ ਬੁਲਾਏ, ਹਕੀਮ ਦਵਾਈ ਦੇਣ ਵਾਲੇ, ਮੰਤਰ ਪੜਨ ਵਾਲੇ, ਜੋ ਉਪਚਾਰ ਕਿਸੇ ਨੇ ਦੱਸਿਆ ਨਾ ਵੀ ਆਹ ਕਰ ਤੇ ਠੀਕ ਹੋਵੇਗੀ, ਆਹ ਕਰ ਤੇ ਠੀਕ ਹੋਵੇਗੀ। ਸਾਰਾ ਕੁਝ ਕਰਕੇ ਵੇਖਿਆ, ਦਿਨੇ ਰਾਤ ਪੀੜ ਨਹੀਂ ਜਾਂਦੀ ਐ, ਹਾਏ ਹਾਏ ਹੁੰਦੀ ਰਹਿੰਦੀ ਹਰ ਵੇਲੇ। ਰੋਂਦਿਆ ਰੋਂਦਿਆ ਆਪਣੇ ਪਿਤਾ ਨੂੰ ਯਾਦ ਕੀਤਾ, ਗੁਰੂ ਅੰਗਦ ਦੇ ਪਾਤਸ਼ਾਹ ਨੂੰ। ਮਹਾਰਾਜ ਇਹ ਲੱਤ ਦਰਦ ਹੁੰਦੀ ਆਪ ਜੀ ਕਿਰਪਾ ਕਰੋ ਮੈਂ ਤੇ ਗੁਰੂ ਪੁੱਤਰ ਆ। ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਉਸ ਵੇਲੇ ਬਚਨ ਫੇਰਾ ਕੇ ਦਰਸ਼ਨ ਦਿੱਤੇ ਸੁਪਨੇ ਦੇ ਵਿੱਚ ਆ ਕੇ ਆਖਿਆ ਵੀ ਗੁਰੂ ਅਰਜਨ ਦੇ ਪਾਤਸ਼ਾਹ ਇਸ ਵੇਲੇ ਗੁਰਤਾ ਗੱਦੀ ਤੇ ਬੈਠੇ ਨੇ ਉਹਨਾਂ ਦੇ ਚਰਨ ਫੜ ਲਾ ਮੱਥਾ ਟੇਕ ਉਹਨਾਂ ਦੇ ਚਰਨਾਂ ਤੇ ਮਾਫੀ ਮੰਗੇਗਾ ਛੁਟਕਾਰਾ ਤਾਂ ਉਹਨਾਂ ਨਹੀਂ ਤੇ ਹੋਣਾ ਨਹੀਂ ਬਾਬਾ ਦਾਤੂ ਜੀ ਗੁਰੂ ਪੁੱਤਰ ਨੇ ਔਰ ਗੁਰੂ ਅਮਰਦਾਸ ਪਾਤਸ਼ਾਹ ਨੂੰ ਲੱਤ ਮਾਰੀ ਹੈ ਕੁਝ ਸਮਾਂ ਗੁਰੂ ਅਮਰਦਾਸ ਪਾਤਸ਼ਾਹ ਵੀ ਗੁਰਤਾ ਗੱਦੀ ਤੇ ਰਹਿ ਤੇ 7 ਸਾਲ ਦੇ ਕਰੀਬ ਸਮਾਂ ਧੰ ਗੁਰੂ ਰਾਮਦਾਸ ਪਾਤਸ਼ਾਹ ਵੀ ਗੁਰਤਾ ਗੱਦੀ ਤੇ ਰਹਿ ਉਹਨਾਂ ਸਾਲਾਂ ਨੂੰ ਆਪਾਂ ਜੋੜ ਲਈਏ ਕਈ ਸਾਲ ਪੀੜਾ ਨਾਲ ਹੀ ਕਰ ਲਾਉਂਦੇ ਰ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਤੇ ਫਿਰ ਬਾਬਾ ਦਾਤੂ ਜੀ ਆਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ ਮਹਾਰਾਜ ਮੱਥਾ ਟਕਾਉਂਦੇ ਨਹੀਂ ਨਹੀਂ ਤੁਸੀਂ ਵੱਡੇ ਹੋ ਨਾ ਟੇਕੋ ਫਿਰ ਦੱਸਿਆ ਮਹਾਰਾਜ ਮੈਂ ਮੱਥਾ ਆਪਣੀ ਲੋਡ ਨੂੰ ਟੇਕਣ ਲੱਗਾ ਮਹਾਰਾਜ ਕਹਿਣ ਲੱਗੇ ਕੀ ਲੋਡ ਹੈ ਕਹਿਣ ਲੱਗਾ ਜੀ ਮੇਰੀ ਲੱਤ ਵਿੱਚੋਂ ਪੀੜ ਹੁੰਦੀ ਹੈ ਮੈਂ ਦਿਨੇ ਰਾਤ ਸੌਂ ਨਹੀਂ ਸਕਦਾ ਦਰਦ ਨਾਲ ਹਾਏ ਹਾਏ ਕਰਦਾ ਹਾਂ ਤੇ ਮੈਨੂੰ ਗੁਰੂ ਪਾਤਸ਼ਾਹ ਦਾ ਹੁਕਮ ਹੋਇਆ ਵੀ ਤੁਹਾਡੇ ਚਰਨਾਂ ਤੇ ਮੱਥਾ ਟੇਕਾਂਗਾ ਤੁਸੀਂ ਮੇਰਾ ਦੁੱਖ ਦੂਰ ਕਰੋਗੇ ਮਾਇਆ ਦੂਰੋਂ ਚੱਲ ਕੈ ਮੈਂ ਤੱਕੀ ਤੋ ਸਰਣਾਇ ਜੀਓ ਮੈਂ ਆਸਾ ਰੱਖੀ ਚਤ ਮੈਂ ਮੇਰਾ ਸਭੋ ਦੁੱਖ ਮਹਾਰਾਜ ਕਿਰਪਾ ਕਰੋ ਮੱਥਾ ਟੇਕਿਆ ਤੇ ਉਦੋਂ ਫਿਰ ਲਾਤੋ ਦਰਦੋ ਦਾ ਠੀਕ ਹੋ ਗਿਆ ਗੁਰੂ ਦੀ ਅਵਗਿਆ ਕਰਨ ਵਾਲੇ ਨੂੰ ਗੁਰੂ ਨੇ ਬਖਸ਼ਿਆ ਗੁਰੂ ਤੋਂ ਬਿਨਾ ਬਖਸ਼ ਕੋਈ ਨਹੀਂ ਸਕਿਆ ਮੌਜੂਦਾ ਗੁਰੂ ਨੇ ਬਖਸ਼ਿਆ ਜਿਹੜਾ ਉਸ ਵੇਲੇ ਗੁਰਤਾ ਗੱਦੀ ਤੇ ਆ ਜਿਹੜੇ ਅੱਜ ਦੁਸ਼ਟ ਬਿਰਤੀ ਵਾਲੇ ਲੋਕ, ਪਾਪੀ ਲੋਕ ਕੁਝ ਮਾਇਆ ਵਾਸਤੇ ਕਿਸੇ ਲੀਡਰ ਨੇ, ਸਿਆਸਤਦਾਨ ਨੇ, ਨੇਤਾ ਨੇ ਜਾਂ ਗੁਰੂ ਦੋਖੀ ਕਿਸੇ ਨੇ ਕੋਈ ਲਾਲਚ ਦੇ ਦਿੱਤਾ ਹੋਵੇਗਾ, ਇੰਨੀ ਮਾਇਆ ਮਿਲ ਜਾਏਗੀ। ਕਿਸੇ ਦੇਸ਼ ਦੇ ਵਿਜੇ ਦਾ ਲਾਲਚ, ਕਿਸੇ ਦੇਸ਼ ਦੀ ਜਿਹੜੀ ਹੈ ਮੈਂਬਰਸ਼ਿਪ, ਸਿਟੀਜ਼ਨਸ਼ਿਪ ਮਿਲ ਜਾਏਗੀ। ਤੇਰੇ ਪਰਿਵਾਰ ਨੂੰ ਇੰਨਾ ਧਨ, ਇੰਨੀ ਜ਼ਗੀਰ ਦੇ ਦੇਵਾਂਗੇ, ਜਾ ਜਾ ਕੇ ਆ ਕੰਮ। ਕੰਦੇ ਲਾਲਚ ਵਿੱਚ ਐਸਾ ਪਾਪ ਕੀਤਾ ਜੋ ਆਪਾਂ ਮੰਦ ਭਾਗੀ ਘਟਨਾ ਬਾਰੇ ਜਾਣਦੇ ਆ ਪਰ ਗੁਰਮੁਖੋ ਧਨ ਦੌਲਤ ਤੇ ਸਾਰਾ ਕੁਝ ਜੋ ਮਿਲਣਾ ਮਿਲਣਾ ਕਿ ਨਹੀਂ ਮਿਲਣਾ ਇੱਥੇ ਹੀ ਰਹਿ ਜਾਣਾ ਪਰ ਜਿਹੜਾ ਕਲੰਕ ਲੱਗਾ ਉਹ ਜਿਹੜੀ ਸਜ਼ਾ ਮਿਲਣੀ ਉਹ ਤੇ ਕਈ ਜਨਮਾਂ ਦੀ ਹੈ ਨਾ ਪਤਾ ਨਹੀਂ ਕਿੰਨੇ ਕੁ ਜਨਮਾਂ ਵਿੱਚ ਜਾ ਕੇ ਦੁੱਖ ਪਾਉਣਾ ਪਵੇਗਾ ਐਸੇ ਪਾਪੀ ਲੋਕਾਂ ਦੀ ਬਿਰਤੀ ਹੋਇਆ ਕਰਦੀ ਔਰ ਪਾਪੀ ਜਿਹੜੇ ਐਸਾ ਪਾਪ ਕਰ ਜਾਂਦੇ ਮਹਾਰਾਜ ਨੇ ਆਖਿਆ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ ਇਸ ਕਰਕੇ ਜਦੋਂ ਗੁਰੂ ਦਰਬਾਰ ਵਿੱਚ ਆਉਣਾ ਨਾ ਗੁਰੂ ਕੀ ਸੰਗਤ ਮਹਾਰਾਜ ਦਾ ਬਚਨ ਧਿਆਨ ਵਿੱਚ ਰੱਖਣਾ ਸਾਵਧਾਨ ਇਕਾਗਰ ਚਿਤ ਸਾਵਧਾਨ ਹੋ ਕੇ ਬੈਠਿਆ ਕਰੋ ਗੁਰੂ ਦੇ ਕੋਲ ਆਇਆ ਗੁਰੂ ਦੀ ਤਾਬਿਆ ਬੈਠ ਕੇ ਚੌਰ ਸਾਹਿਬ ਦੀ ਸੇਵਾ ਕਰੋ ਜਾ ਗੁਰੂ ਦੇ ਸਰੂਪ ਦਾ ਪੂਰਾ ਪੂਰਾ ਧਿਆਨ ਜਦੋਂ ਵੀ ਆਏ ਸਾਵਧਾਨਤਾ ਆਪਾਂ ਸਾਰਿਆਂ ਨੇ ਰੱਖਣੀ ਹੈ ਕਿਸੇ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਨਾ ਇਕੱਲੇ ਸੇਵਾਦਾਰ ਇੰਨੀ ਨਿਗਰਾਨੀ ਰੱਖ ਸਕਦੇ ਨਾ ਇਕੱਲੇ ਪ੍ਰਬੰਧਕ ਮੈਨੇਜਮੈਂਟ ਜਿਹੜੀ ਹੈ ਇੰਨੇ ਨਿਗਰਾਨੀ ਰੱਖ ਸਕਦੀ ਇਹ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਆਪਾਂ ਇਸ ਮੁਸ਼ਕਲ ਦੇ ਵਿੱਚੋਂ ਫਤਿਹ ਲੈਣੀ ਹੈ। ਸੰਗਤ ਵਿੱਚ ਆ ਕੇ ਆਪਣਾ ਸਿਰ ਉੱਚਾ ਰੱਖ ਕੇ ਧਿਆਨ ਦੇ ਨਾਲ ਸਾਵਧਾਨ ਰਿਹਾ ਕਰੋ ਜੇ ਕੋਈ ਸ਼ਰਾਰਤੀ ਅੰਸਰ ਦਿਖਦਾ ਉਸੇ ਵੇਲੇ ਉਸ ਨੂੰ ਪਕੜਿਆ ਕਰੋ ਤਾਂ ਕਿ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਦਰਬਾਰ ਸਾਹਿਬ ਵੀ ਆਪਾਂ ਵੇਖਿਆ ਨਾ ਜਦੋਂ ਰਹਿਰਾਜ ਸਾਹਿਬ ਦਾ ਪਾਠ ਹੋ ਰਿਹਾ ਸੀ ਸੇਵਾਦਾਰ ਜਿਹੜੇ ਸਨ ਥੱਲੇ ਧੌਣ ਕਰਕੇ ਨੀਵੀਂ ਕਰਕੇ ਤੇ ਪਾਠ ਸੁਣਦੇ ਪਏ ਜੰਗਲਾ ਟਪਕੇ ਤੇ ਫਿਰ ਅੱਗੇ ਉਹ ਵਧਿਆ ਭਾਵੇਂ ਕਿ ਉਸ ਵੇਲੇ ਦਬੂਚ ਲਿਆ ਗਿਆ ਪਰ ਜੇ ਧਿਆਨ ਉੱਪਰ ਨੂੰ ਹੁੰਦਾ ਤੇ ਜੰਗਲਾ ਟਾਪੀ ਨਾ ਪੌਂਦਾ ਉੱਥੋਂ ਹੀ ਉਹਨੂੰ ਮੋੜਿਆ ਜਾਂਦਾ ਚਪੇੜਾ ਮਾਰ ਕੇ ਪਰ ਜਦੋਂ ਅਸੀਂ ਕਿਉਂਕਿ ਕੁਝ ਗੱਲਾਂ ਸੋਚੀਆਂ ਨਹੀਂ ਨਾ ਹੁੰਦੀਆਂ ਪਤਾ ਹੁੰਦਾ ਵੀ ਇਹ ਤੇ ਹੋ ਹੀ ਨਹੀਂ ਸਕਦਾ ਨਾਲੇ ਰਹਿ ਰਾਸ ਦਾ ਪਾਠ ਹੋ ਰਿਹਾ ਸਾਰੇ ਭਾਵਨਾਵਾਂ ਵਾਲੇ ਸੰਗਤ ਜਾ ਰਹੀ ਹੈ ਕੋਈ ਸਰਵਣ ਕਰਦਾ ਪਿਆ ਕੋਈ ਆਨੰਦ ਲੈਂਦਾ ਪਿਆ ਸਾਵਧਾਨਤਾ ਜ਼ਰੂਰੀ ਹੈ ਜਿੰਨੇ ਵੀ ਗੁਰੂ ਘਰ ਨੇ ਆਪਾਂ ਸਾਰਿਆਂ ਨੂੰ ਇਹ ਸਾਵਧਾਨ ਹੋਣਾ ਪੈਣਾ ਤਾਂ ਇਹਦੇ ਵਿੱਚੋਂ ਆਪਾਂ ਜਿਹੜਾ ਹੈ ਉਹ ਚੜ੍ਹਦੀ ਕਲਾ ਨੂੰ ਜਾਵਾਂਗੇ। ਔਰ ਸਾਵਧਨ ਰਹਿਣਾ ਸਾਵਧਾਨ ਇਕਾਗਰ ਜੀ। ਇਸ ਕਰਕੇ ਦੁਪਹਿਰੇ ਜਦੋਂ ਆਉਂਦੇ ਹੋ ਬੈਠ ਕੇ ਮਹਾਰਾਜ ਦੀ ਤਾਬਿਆ ਚੌਰ ਸਾਹਿਬ ਦੀ ਸੇਵਾ ਨਿਗਰਾਨੀ ਦੀ ਸੇਵਾ। ਜਿੰਨੇ ਵੀ ਸੇਵਾ ਚੌਰ ਸਾਹਿਬ ਦੀ ਕੋਈ ਕਰ ਸਕਦਾ ਹੈ ਮਹਾਰਾਜ ਦੀ ਗੋਦ ਵਿੱਚ ਬੈਠ ਸਕਦਾ ਹੈ ਇਹਦਾ ਫਲ ਕਥਨ ਨਹੀਂ ਕੀਤਾ ਜਾ ਸਕਦਾ ਐਡਾ ਵੱਡਾ ਮਹਾਨ ਮਿੱਡਾ ਵੱਡਾ ਫਲ ਹੈ ਗੁਰੂ ਦੀ ਸੇਵਾ ਦਾ। ਸੰਗਤ ਵਿੱਚ ਵੀ ਬੈਠਣਾ ਮਹਾਰਾਜ ਦੇ ਕੋਲ ਬੈਠਿਆ ਕਰੋ ਨਾਲੇ ਪੁੰਨ ਤੇ ਨਾਲੇ ਫਲੀਆਂ ਨਾਲੇ ਸੇਵਾ ਨਾਲੇ ਸੰਗਤ ਇਹ ਦੋ ਦਾਤਾਂ ਮਿਲ ਜਾਂਦੀ ਹੈ ਅਮਰਤ ਵੇਲੇ ਤੋਂ ਸਾਰਾ ਦਿਨ ਮਹਾਰਾਜ ਪ੍ਰਕਾਸ਼ ਰਹਿੰਦੇ ਔਰ ਆਪਾਂ ਸਾਰਿਆਂ ਨੇ ਮਿਲ ਕੇ ਸਾਰੀਆਂ ਸੇਵਾਵਾਂ ਵਿੱਚ ਮਹਾਰਾਜ ਦੀ ਖੁਸ਼ੀ ਲੈਣੀ ਹੈ ਸਮੇਂ ਦੀ ਸਮਾਪਤੀ ਭੁੱਲਾਂ ਦੀ ਮਾਫੀ ਇਹ ਮਹੰਤ ਕਿਰਪਾਲਦਾਸ ਨੂੰ ਮਹਾਰਾਜ ਕਿਹੜੇ ਕਿਹੜੇ ਵਰ ਦਿੰਦੇ ਨੇ ਔਰ ਮਹਾਂਤ ਕਿਰਪਾਲਦਾਸ ਕਿਵੇਂ ਜੰਗ ਕਰਦਾ ਇਹ ਆਪਾਂ ਕੱਲ ਨੂੰ ਇਤਿਹਾਸ ਸਰਵਨ ਕਰਾਂਗੇ ਲੇਖਿਆ ਕਤਹਿ ਨ ਛੂਟੀ ਐ ਬਖਸ਼ਣ ਹਾਰ ਬਖਸ਼ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ